ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਫਟਰ ਸਕੂਲ ਐਜੂਕੇਸ਼ਨ ਦੀ ਅੱਜ ਦੀ ਵੀਡੀਓ ਵਿੱਚ। ਦੋਸਤੋ, ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇੱਕ ਚਾਈਲਡ ਸਟੋਰੀ। ਛੋਟਾ ਬੱਚਾ ਸੀ, ਸਾਰੇ ਆਪਣੇ ਫਰੈਂਡਸ ਦੇ ਨਾਲ ਕਾਫੀ ਰੂਡ ਬੋਲਦਾ ਸੀਗਾ, ਐਂਡ ਉਹਦੇ ਫਾਦਰ ਨੇ ਉਹਨੂੰ ਕਈ ਵਾਰ ਸਮਝਾਇਆ ਕਿ ਤੁਸੀਂ ਆਪਣੇ ਫਰੈਂਡਸ ਦੇ ਨਾਲ, ਆਪਣੇ ਰਿਲੇਟਿਵਸ ਦੇ ਨਾਲ ਐਂਪਥੈਟਿਕਲੀ ਆਰਾਮ ਨਾਲ ਪਿਆਰ ਨਾਲ ਪੇਸ਼ ਆਇਆ ਕਰੋ, ਬਟ ਉਹ ਨਹੀਂ ਸਮਝ ਰਿਹਾ ਸੀਗਾ। ਕਾਫੀ ਵਾਰ ਸਮਝਾਉਣ ਤੋਂ ਬਾਅਦ ਪਿਤਾ ਇਸ ਨਤੀਜੇ 'ਤੇ ਨਿਕਲਿਆ ਕਿ ਬੱਚੇ ਨੂੰ ਇੱਕ ਪ੍ਰੈਕਟੀਕਲ ਦੇ ਜ਼ਰੀਏ ਸਮਝਾਇਆ ਜਾਵੇ। ਤਾਂ ਉਹ ਆਪਣੇ ਬੱਚੇ ਨੂੰ ਬੈਕਯਾਰਡ ਪਿੱਛੇ ਵਿਹੜੇ ਦੇ ਵਿੱਚ ਲੈ ਗਿਆ। ਉਹਦੇ ਉੱਤੇ ਇੱਕ ਤਖ਼ਤ ਪੋਸ਼ ਪਿਆ ਸੀਗਾ, ਫੱਟਾ ਲੱਗਾ ਹੋਇਆ ਸੀਗਾ, ਅਤੇ ਉਹਨੇ ਆਪਣੇ ਬੱਚੇ ਨੂੰ ਇੱਕ ਕਿੱਲਾਂ ਦਾ ਭਰਿਆ ਹੋਇਆ ਥੈਲਾ ਦਿੱਤਾ ਅਤੇ ਉਹਨੂੰ ਬੋਲਿਆ ਕਿ ਜਿੰਨੀ ਵਾਰ ਉਹ ਦਿਨ ਦੇ ਵਿੱਚ ਕਿਸੇ ਨਾਲ ਵੀ ਕੌੜਾ ਬੋਲੇਗਾ, ਉੱਨੀ ਵਾਰ ਉੱਨੀਆਂ ਕਿੱਲਾਂ ਆ ਕੇ ਇਸ ਦੇ ਵਿੱਚ ਠੋਕ ਦਿਆ ਕਰੇ, ਉਸ ਤੋਂ ਇਲਾਵਾ ਉਹ ਆਪਣੇ ਬੱਚੇ ਨੂੰ ਕੁਛ ਨਹੀਂ ਕਹੇਗਾ। ਦੈਨ ਬੱਚੇ ਨੇ ਆਪਣੇ ਪਿਤਾ ਦੀ ਕਹੀ ਹੋਈ ਗੱਲ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਡੇਲੀ ਜਿੰਨਾ ਉਹਨੇ ਕਿਸੇ ਨੂੰ ਕੌੜਾ ਬੋਲਣਾ, ਉੱਨੀ ਵਾਰ ਉਹਨੇ ਉੱਨੀਆਂ ਹੀ ਕਿੱਲਾਂ ਠੋਕਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਕਿੱਲਾਂ ਠੋਕਣਾ ਉਹਦੇ ਲਈ ਇੱਕ ਮੁਸ਼ਕਲ ਕੰਮ ਸੀਗਾ। ਤਾਂ ਬੱਚੇ ਨੇ ਸੋਚਿਆ ਵੀ ਮੈਂ ਦੂਸਰਿਆਂ ਨੂੰ ਬੁਰਾ ਬੋਲਣ ਦੀ ਆਦਤ ਨੂੰ ਘਟਾਵਾਂ ਤਾਂ ਕਿ ਮੈਨੂੰ ਘੱਟ ਕਿੱਲਾਂ ਉਸਦੇ ਵਿੱਚ ਠੋਕਣੀਆਂ ਪਵੇ। ਚਲੋ, ਇੱਕ ਦਿਨ ਇਸ ਤਰ੍ਹਾਂ ਦਾ ਵੀ ਆਇਆ ਕਿ ਬੱਚੇ ਨੇ ਇੱਕ ਵੀ ਕਿੱਲ ਉਸਦੇ ਵਿੱਚ ਨਹੀਂ ਠੋਕੀ। ਉਹਨੇ ਆਪਣੇ ਪਿਤਾ ਨੂੰ ਜਾ ਕੇ ਕਿਹਾ ਵੀ ਪਾਪਾ ਕਿ ਅੱਜ ਮੈਂ ਇਸ ਦੇ ਵਿੱਚ ਕੋਈ ਵੀ ਕਿੱਲ ਨਹੀਂ ਠੋਕੀ। ਦੈਨ ਫਾਦਰ ਨੇ ਆਪਣੇ ਬੇਟੇ ਨੂੰ ਕਿਹਾ ਕਿ ਚਲੋ ਠੀਕ ਹੈ, ਹੁਣ ਅਸੀਂ ਦੂਸਰੀ ਚੀਜ਼ ਨੂੰ ਟਰਾਈ ਕਰਦੇ ਹਾਂ ਅਗਲੀ ਪ੍ਰੈਕਟਿਸ, ਕਿ ਜਿੰਨੀ ਵਾਰ ਤੁਸੀਂ ਕਿਸੇ ਨਾਲ ਸੌਫਟਲੀ ਪਿਆਰ ਨਾਲ ਗੱਲ ਕਰੋਗੇ, ਉੱਨੀ ਵਾਰ ਇੱਕ ਕਿੱਲ ਕੱਢ ਦਿਆ ਕਰਨਾ। ਅਤੇ ਬੱਚੇ ਨੇ ਬੜੇ ਨਿਮਰਤਾ ਦੇ ਨਾਲ ਆਪਣੇ ਪਿਤਾ ਦੀ ਜਿਹੜੀ ਆਗਿਆ ਹੈ, ਐਡਵਾਈਸ ਆ, ਉਹਨੂੰ ਮੰਨਿਆ ਅਤੇ ਉਹਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿੰਨੀ ਵਾਰੀ ਉਹ ਕਿਸੇ ਦੇ ਨਾਲ ਪਿਆਰ ਦੇ ਨਾਲ ਗੱਲ ਕਰਦਾ ਸੀਗਾ, ਉੱਨੀ ਵਾਰ ਉਹ ਇੱਕ ਕਿੱਲ ਖਿੱਚ ਕੇ ਕੱਢ ਦਿੰਦਾ ਸੀਗਾ। ਦੈਨ ਉਹ ਦਿਨ ਵੀ ਆਇਆ ਜਿਸ ਦਿਨ ਉਹਨੇ ਸਾਰੀਆਂ ਕਿੱਲਾਂ ਉਹ ਤਖ਼ਤ ਪੋਸ਼ ਦੇ ਵਿੱਚੋਂ ਕੱਢਤੀਆਂ। ਫਿਰ ਉਹ ਬੱਚੇ ਨੇ ਆਪਣੇ ਪਿਤਾ ਨੂੰ ਜਾ ਕੇ ਬੋਲਿਆ ਕਿ ਪਾਪਾ, ਮੈਂ ਸਾਰੀਆਂ ਕਿੱਲਾਂ ਤਖ਼ਤ ਪੋਸ਼ ਵਿੱਚੋਂ ਕੱਢ ਦਿੱਤੀਆਂ। ਦੈਨ ਉਹ ਫਾਦਰ ਆਪਣੇ ਬੇਟੇ ਨੂੰ ਉਸ ਜਿੱਥੇ ਉਹ ਲੱਕੜ ਲਗਾਇਆ ਹੋਇਆ ਸੀਗਾ ਉੱਥੇ ਲੈ ਗਿਆ, ਅਤੇ ਉਹਦੇ ਵਿੱਚ ਉਹ ਤਖ਼ਤ ਪੋਸ਼ ਦਿਖਾ ਕੇ ਬੱਚੇ ਨੂੰ ਸਮਝਾਇਆ ਕਿ ਦੇਖ ਬੇਟੇ, ਜਿਸ ਟਾਈਮ ਤੁਸੀਂ ਕਿਸੇ ਨੂੰ ਕੁਛ ਬੁਰਾ ਬੋਲਦੇ ਹੋ, ਉੱਨੀ ਵਾਰ ਉਹ ਕਿੱਲ ਉੱਥੇ ਠੋਕ ਦਿੱਤੀ ਜਾਂਦੀ ਹੈ। ਜਿੰਨੀ ਵਾਰ ਤੁਸੀਂ ਕਿਸੇ ਦੇ ਨਾਲ ਚੰਗਾ ਵਰਤਾਓ ਵੀ ਕਰ ਲੈਂਦੇ ਹੋ, ਬਟ ਉਹ ਕਿੱਲ ਨਿਕਲ ਜਾਂਦੀ ਹੈ, ਪਿੱਛੇ ਨਿਸ਼ਾਨ ਰਹਿ ਜਾਂਦਾ ਹੈ। ਇਹੀ ਜਿਹੜਾ ਅਸੀਂ ਆਪਣੀ ਅੱਜ ਦੀ ਜ਼ਿੰਦਗੀ ਵਿੱਚ ਕਰਦੇ ਹਾਂ, ਅਸੀਂ ਕੌੜੇ ਬੋਲ ਬੋਲ ਜਾਂਦੇ ਹਾਂ, ਅਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸੌਰੀ, ਮਾਫੀ ਅਤੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਵੀ ਅਸੀਂ ਉਸ ਜਿਹੜੇ ਉਹ ਨਿਸ਼ਾਨ ਆ ਉਹਨਾਂ ਨੂੰ ਨਹੀਂ ਭਰ ਪਾਉਂਦੇ। ਉਹਨਾਂ ਨੂੰ ਸਿਰਫ ਵਕਤ ਹੀ ਭਰ ਸਕਦਾ, ਉਹ ਵੀ ਕੁਛ ਕੇਸਾਂ ਦੇ ਵਿੱਚ। ਕੁਛ ਕੁ ਹਾਲਾਤ ਇੱਦਾਂ ਦੇ ਹੁੰਦੇ ਆ ਕਿ ਤੁਹਾਡੇ ਬੋਲੇ ਹੋਏ ਬੋਲ ਇਨਸਾਨ ਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੇ ਨੇ, ਅਤੇ ਅਸੀਂ ਕੋਸ਼ਿਸ਼ ਕਰੀਏ ਕਿ ਇਸ ਤਰ੍ਹਾਂ ਦੇ ਕੌੜੇ ਬੋਲ ਨਾ ਬੋਲੀਏ, ਅਸੀਂ ਨਿਮਰਤਾ ਦੇ ਨਾਲ ਕਿਸੇ ਨਾਲ ਗੱਲ ਕਰੀਏ। ਗੁਰਬਾਣੀ ਦੇ ਵਿੱਚ ਵੀ ਕਿਹਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ, ਥੰਬਲ ਥੱਕੀ ਜੀ ਹੋ ਕਦੇ ਨਾ ਬੋਲੇ ਕੌੜਾ। ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਉਸ ਦੇ ਉੱਪਰ ਚੱਲਣ ਦੀ ਕੋਸ਼ਿਸ਼ ਵੀ ਕਰੀਏ, ਅਤੇ ਕਈ ਲੋਕਾਂ ਨੂੰ ਤਾਂ ਇਸ ਚੀਜ਼ ਦਾ ਹੀ ਕਾਫੀ ਭਰਮ ਰਹਿੰਦਾ ਕਿ ਅਸੀਂ ਬੜੇ ਸੱਚੇ ਹੁੰਦੇ ਹਾਂ। ਇਸ ਤਾਂ ਗੱਲ ਮੂੰਹ 'ਤੇ ਕਹੀ ਦੀ, ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ, ਠੀਕ ਹੈ ਜੀ। ਅਤੇ ਉਹਨਾਂ ਨੂੰ ਇਸੇ ਚੀਜ਼ ਦਾ ਮਾਣ, ਉਹਨਾਂ ਦੇ ਵਿੱਚ ਇਹ ਜਿਹੜੀ ਕੁੜੱਤਨ ਲੈ ਕੇ ਕਿਸ ਟਾਈਮ ਆ ਜਾਂਦਾ ਹੈ, ਉਹਨਾਂ ਨੂੰ ਖੁਦ ਵੀ ਮਹਿਸੂਸ ਨਹੀਂ ਹੁੰਦਾ। ਅਤੇ ਅਸੀਂ ਕੋਸ਼ਿਸ਼ ਕਰੀਏ ਅਸੀਂ ਆਪਣੇ ਆਪ ਨੂੰ ਬਦਲੀਏ। ਦੋਸਤੋ, ਤੁਹਾਨੂੰ ਵਿਚਾਰ ਕਿਸ ਤਰ੍ਹਾਂ ਲੱਗੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਜੁੜੇ ਰਹੋ ਆਫਟਰ ਸਕੂਲ ਐਜੂਕੇਸ਼ਨ ਦੇ ਨਾਲ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।